ਫਰੀਦਕੋਟ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਾਣਕਾਰੀ ਇਹ ਹੈ ਕਿ ਹਾਦਸਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਨੇੜੇ ਵਾਪਰਿਆ ਹੈ, ਜਿੱਥੇ ਇੱਕ i20 ਕਾਰ ਨੇ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਕਤ ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। कार चालक मौके तो फरार हो गया। पुलिस ने सीसीटीवी दे आधार ते कार चालक खिलाफ धारा 304 तहत केस दर्ज करके अगलेरी कार्रवाई शुरू कर दी है। ऐसे ये छोटा मेरा भतीजा सी ओदे डैडी दी कल डेथ होई सी, ओदे दर्द होण लग गया बड़ा, सहारिया नहीं गया। मेरी घर वाली सरबजीत कौर, मेरा भतीजा गुरकीर्तन दवाई लैण आ रहे सी गोले वालों, ते अगो i20 गड्डी आई, उन्होंने चक के फेट मारी ओवरलोड अणगहली कारण ਉਹਨਾਂ ਤਿੰਨਾਂ ਦੀ ਮੌਤ ਹੋ ਗਈ। ਦਵਾਈ ਕਿੱਥੇ ਲੈਣ ਜਾ ਰਹੇ ਸੀ? ਦਵਾਈ ਗੋਲੇ ਵਾਲੇ। ਐਕਸੀਡੈਂਟ ਹੋਇਆ ਕਿਸ ਤਰੀਕੇ ਦਾ ਹੋਇਆ? ਇਦਾਂ ਹੀ ਅੱਜ ਦੁਪਹਿਰੇ 1 ਵਜੇ ਆਪਣੇ ਗੋਲੇਵਾਲ ਤੇ ਗੋਲੇਵਾਲ ਜਿਹੜੀ ਚੌਂਕੀ ਹੈਗੀ ਇਹਦੇ ਕੋਲ ਇੱਕ ਮੇਨ ਸੜਕ ਤੇ ਪੈਟਰੋਲ ਪੰਪ ਹੈਗਾ, ਉੱਥੇ ਇੱਕ ਕਾਰ ਹੈ ਤੇ ਇੱਕ ਪਾਸੇ ਮੋਟਰਸਾਈਕਲ ਹੈ, ਜਿੱਥੇ 3 ਜੀ ਜਾ ਰਹੇ ਸੀ ਤੇ ਕਾਰ ਵਾਲੇ ਨੇ ਮੋਟਰਸਾਈਕਲ ਵਾਲੇ 'ਚ ਟੱਕਰ ਮਾਰੀ, ਜਿਸ ਦੇ ਚੱਲਦੇ ਐਕਸੀਡੈਂਟ ਦੌਰਾਨ ਉਹਨਾਂ 3 ਜਣੇ ਜਿਹੜੇ ਹੈਗੇ ਮੋਟਰਸਾਈਕਲ ਤੇ 3ਾਂ ਦੀ ਡੈਥ ਹੋ ਗਈ ਹੈ। ਕਾਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਤੇ ਅਸੀਂ ਕਾਰ ਵਾਲੇ ਤੇ 304 ਦਾ FIR ਰਜਿਸਟਰ ਕੀਤੀ ਹੈ ਜੀ। ਸਰ ਕੁਝ ਪਤਾ ਲੱਗ ਸਕਦਾ ਕਿੱਥੋਂ ਦੇ ਰਹਿਣ ਵਾਲੇ ਸੀ ਕਿ ਇੱਕੋ ਪਰਿਵਾਰ ਦੇ ਕਿਸ ਤਰ੍ਹਾਂ? ਇਹ ਇਦਾਂ ਹੈ ਜੀ ਕਿ ਜਿਹੜੇ ਤੇ ਮੋਟਰਸਾਈਕਲ ਵਾਲੇ ਸੀ ਉਹ ਆਪਣੇ ਗੋਲੇ ਵਾਲੇ ਚੌਂਕੀ 'ਚ ਹੀ ਪਿੰਡ ਪੈਂਦਾ ਜੀ, ਉੱਥੇ ਝਾੜੀਆਂ ਵਾਲੀ, ਉੱਥੇ ਦਾ ਸਾਰੇ ਤਾਂ ਜਿਹੜਾ ਬੰਦਾ ਕਾਰ ਚਲਾ ਰਿਹਾ ਸੀ ਉਹਦਾ ਪਤਾ ਲੱਗ ਰਿਹਾ, ਫਿਰੋਜ਼ਪੁਰ ਦਾ ਸੱਪਾਂ ਵਾਲੀ ਕੋ ਪਿੰਡ ਪੈਂਦਾ ਜੀ ਉੱਥੇ ਦਾ, ਬਾਕੀ ਅਜੇ ਵੈਰੀਫਾਈ ਕਰ ਰਹੇ। ਮਰਨ ਵਾਲੇ ਸਰ ਇੱਕੋ ਪਰਿਵਾਰ? ਇੱਕੋ ਜੀ, ਇੱਕੋ ਪਰਿਵਾਰ ਦੇ ਕਹੇ ਜਾਂਦੇ ਨੇ ਹਜੇ। ਫਰੀਦਕੋਟ ਤੋਂ ਬਿਊਰੋ ਰਿਪੋਰਟ, NC7 ਨਿਊਜ਼।